नमस्कार, वॉइस ऑफ एशियंस ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਮਸਲੇ ਤੇ ਕਿ ਜਦੋਂ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਕਰਜ਼ਾ ਲੈ ਕੇ ਵਿਦੇਸ਼ ਦੇ ਵਿੱਚ ਜਾਂਦੇ ਨੇ, ਉੱਥੇ ਆਪਣਾ ਇੱਕ ਸੁਨਹਿਰੀ ਭਵਿੱਖ ਖੋਜਣ ਦੇ ਲਈ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ, ਲੇਕਿਨ ਏਜੰਟ ਦਾ ਧੋਖਾ ਹੋ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ। ਅੱਜ ਸਾਡੇ ਨਾਲ ਨੇ ਸੋਨੂੰ ਮਿਹਰਬਾਨ, ਜਿਹੜੇ ਆਪਣੀ ਜ਼ਿੰਦਗੀ ਦੇ ਕੀਮਤੀ 5 ਸਾਲ ਲਗਾ ਕੇ ਆਏ ਹਾਂ ਜਾਰਡਨ ਦੇ ਵਿੱਚ, ਤੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ, ਏਜੰਟ ਦਾ ਧੋਖਾ ਵੀ ਮਿਲਿਆ, ਤੇ ਆਓ ਸੋਨੂੰ ਦੀ ਜ਼ੁਬਾਨੀ ਆਪਾਂ ਸੁਣਦੇ ਹਾਂ ਇਹ ਸਾਰੀ ਦਾਸਤਾਨ। ਸੋਨੂੰ, ਕਦੋਂ ਤੁਸੀਂ ਜਾਰਡਨ ਦੇ ਲਈ ਅਪਲਾਈ ਕੀਤਾ ਸੀਗਾ? ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਜੀ ਸਾਡੀ 2014 ਦੇ ਵਿੱਚ, ਓਕੇ ਹਾਂਜੀ, ਅਤੇ 2014 ਦੇ ਵਿੱਚ ਕੀਤਾ ਅਪਲਾਈ। ਉਸ ਤੋਂ ਬਾਅਦ ਮੈਂ ਏਜੰਟ ਨੂੰ ਪੁੱਛਿਆ ਵੀ ਕੀ ਕੰਮ ਆਉਂਦਾ। ਉਹਨੇ ਮੈਨੂੰ ਕਿਹਾ ਵੀ ਤੂੰ ਕਿਹੜੇ ਕਾਰੀਗਰੀ 'ਚ ਜਾਣਾ ਚਾਹੁੰਦਾ? ਮੈਂ ਕਿਹਾ ਸਰ ਜੀ ਕਾਰਪੈਂਟਰ ਦੇ ਵਿੱਚ। ਉਹਨਾਂ ਨੇ ਕਿਹਾ ਸੀ ਵੀ ਕਾਰਪੈਂਟਰ ਦਾ ਵੀਜ਼ਾ ਥੋੜ੍ਹਾ ਲੇਟ ਲੱਗੂਗਾ। ਮੈਂ ਕਿਹਾ ਕੋਈ ਗੱਲ ਨਹੀਂ ਜੀ। 3 ਮਹੀਨੇ ਵੇਟ ਕੀਤੀ, ਫਿਰ ਮੈਂ ਗਿਆ ਉਹਨਾਂ ਕੋਲੇ। ਉਹਨਾਂ ਨੇ ਕਿਹਾ ਵੀ ਵੀਜ਼ਾ ਥੋੜ੍ਹਾ ਹੋਰ ਟਾਈਮ ਲੱਗੂਗਾ। ਅਤੇ ਮੈਂ ਕਿਹਾ ਵੀ ਤੁਸੀਂ ਐਕਚੁਅਲੀ ਕੋਈ ਹੋਰ ਕੰਮ ਦੇਖ ਲਓ। ਠੀਕ ਅਤੇ ਉਹਨਾਂ ਨੇ ਕਿਹਾ ਸੀ ਸੈਂਪੂ ਦਾ ਕੰਮ ਹੈਗਾ ਵੀ ਉੱਥੇ ਤੂੰ ਕਰ ਸਕਦਾ। ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਅਪਲਾਈ ਕਰ ਦਿਓ। ਉਸ ਤੋਂ ਬਾਅਦ ਜਦੋਂ ਮੇਰੀ ਉੱਥੇ ਫਲਾਈਟ ਹੋਈ ਅਤੇ ਰਾਤ ਨੂੰ ਉਤਰਿਆ ਉੱਥੇ, ਅਤੇ ਦੇਖਿਆ ਸਵੇਰੇ ਮੋਲ 'ਤੇ ਲੋਹੇ ਦਾ ਕੰਮ। ਉਸ ਤੋਂ ਬਾਅਦ ਉਹਨਾਂ ਨੂੰ ਕਾਲ ਕੀਤੀ ਅਤੇ ਉਹ ਕਹਿੰਦੇ ਸੀ ਤੁਸੀਂ ਸਾਲ ਲਾਓ, ਤੁਹਾਡਾ ਵੀਜ਼ਾ ਚੇਂਜ ਕਰਾ ਦਾਂਗੇ। ਸਾਲ ਵੀ ਬੀਤ ਗਿਆ ਸਰ ਜੀ, ਵੀਜ਼ਾ ਚੇਂਜ ਨਹੀਂ ਹੋਇਆ। ਓਕੇ। ਉਸ ਤੋਂ ਬਾਅਦ ਕੰਪਨੀ ਨੇ ਵੀ ਕੋਈ ਰਿਸਪੌਂਸ ਨਹੀਂ ਲਿਆ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਕੰਮ 'ਚ ਨਹੀਂ। ਉਹ ਕਹਿੰਦੇ ਏਜੰਟ ਨਾਲ ਗੱਲ ਕਰੋ। ਏਜੰਟ ਕਹਿੰਦਾ ਕੰਪਨੀ ਨਾਲ ਗੱਲ ਕਰੋ। ਬਾਅਦ 'ਚ ਉਹਨਾਂ ਨੇ ਵੀ ਸਵਿੱਚ ਆਫ ਕਰ ਦਿੱਤਾ। ਉਸ ਤੋਂ ਬਾਅਦ ਸਰ ਸਾਲ ਕੰਪਨੀ 'ਚ ਕੰਮ ਕੀਤਾ, ਫਿਰ ਮੈਂ ਬਾਹਰ ਆਇਆ ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰਾ ਪਾਸਪੋਰਟ ਦੇ ਦਿਓ ਵੀ ਮੈਂ ਦੂਸਰੀ ਕੰਪਨੀ 'ਚ ਅਪਲਾਈ ਕਰ ਦਿੰਦਾ, ਮੈਨੂੰ ਦਿੱਕਤ ਆ ਰਹੀ ਹੈ। ਅਤੇ ਉਹ ਕਹਿੰਦੇ ਨਹੀਂ, ਤੇਰਾ ਸਾਰਾ ਕੁਛ ਓਕੇ ਆ, ਟਿਕਟ ਓਕੇ ਆ, ਤੂੰ ਆਪਦਾ ਕਰੇ ਜਾ। ਮੈਂ ਕਿਹਾ ਵੀ ਸਰ ਮੈਂ ਐਕਚੁਅਲੀ ਪੈਸੇ ਲਗਾ ਕੇ ਆਇਆ, ਇੰਨੇ ਮੇਰੇ ਪੈਸੇ ਪੂਰੇ ਨਹੀਂ ਹੋਏ, ਮੈਂ ਕਿ ਭੇਜਾ? ਮੇਰਾ 2 ਸਾਲ ਦਾ ਐਗਰੀਮੈਂਟ ਆ, ਤੁਸੀਂ 2 ਸਾਲ ਦੇ ਪੈਸੇ ਦੇ ਦਿਓ, ਮੈਂ ਚਲੇ ਜਾਣਾ। ਉਹ ਕਹਿੰਦੇ ਨਹੀਂ। ਉਸ ਤੋਂ ਬਾਅਦ ਅੰਬੈਸੀ 'ਚ ਵੀ ਗਿਆ, ਅੰਬੈਸੀ ਵਾਲੇ ਨਾਲ ਗੱਲ ਕੀਤੀ, ਅੰਬੈਸੀ ਵਾਲੇ ਕਹਿੰਦੇ ਤੁਸੀਂ ਕੰਪਨੀ ਨਾਲ ਗੱਲ ਕਰੋ, ਕੰਪਨੀ ਕਹਿੰਦੇ ਪੁਲਿਸ ਨਾਲ ਗੱਲ ਕਰੋ। ਉਸ ਤੋਂ ਬਾਅਦ ਸਰ ਕਿਸੇ ਨੇ ਨਹੀਂ ਸੁਣੀ। ਫਿਰ ਮੈਂ ਉੱਥੇ 3 ਸਾਲ 4 ਸਾਲ ਚੋਰੀ ਕੰਮ ਕੀਤਾ। ਉਸ ਤੋਂ ਬਾਅਦ ਸਰ ਮੈਂ ਫੜ ਹੋ ਗਿਆ ਅਤੇ ਉਹਨਾਂ ਨੇ ਕਿਹਾ ਤੇਰਾ ਪਾਸਪੋਰਟ ਕਿੱਥੇ ਆ? ਮੈਂ ਕਿਹਾ ਕੰਪਨੀ 'ਚ। ਉਹਨਾਂ ਨੇ ਮੇਰਾ ਪਾਸਪੋਰਟ ਲਿਆਂਦਾ, ਉਹਨਾਂ ਨੇ ਮੈਨੂੰ 25 ਦਿਨ ਅੰਦਰ ਰੱਖਿਆ ਜੇਲ੍ਹ 'ਚ। ਉਸ ਤੋਂ ਬਾਅਦ 1 ਟਾਈਮ ਰੋਟੀ ਦਿੰਦੇ ਸੀਗੇ ਅਤੇ ਫਿਰ ਉਹਨਾਂ ਨੇ ਮੈਨੂੰ ਅੰਬੈਸੀ 'ਚ ਲੈ ਗਏ। ਅੰਬੈਸੀ ਵਾਲਿਆਂ ਨੇ ਕਹਿੰਦੇ ਵੀ ਤੈਨੂੰ ਪਾਸਪੋਰਟ ਦੀ ਤੇਰੇ ਡੇਟ ਖਤਮ ਹੋ ਗਈ, ਤੂੰ ਪਾਸਪੋਰਟ ਨਿਊ ਨਹੀਂ ਕਰਾਇਆ। ਮੈਂ ਕਿਹਾ ਕੰਪਨੀ ਨੇ ਪਾਸਪੋਰਟ ਨਹੀਂ ਦਿੱਤਾ। ਕਹਿੰਦੇ ਸਾਡੇ ਕੋਲ ਆਉਣਾ ਸੀ। ਮੈਂ ਕਿਹਾ ਤੁਹਾਡੇ ਕੋਲ ਆਏ ਸੀਗੇ ਅਤੇ ਉਹ ਕਹਿੰਦੇ ਤੁਸੀਂ ਆਏ ਨਹੀਂ ਹੈਗੇ ਸੀਗੇ, ਅਸੀਂ ਆਏ ਸੀ। ਉਹ ਕਹਿੰਦੇ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਅਤੇ ਸਰ ਜੀ 24 ਘੰਟੇ ਦੇ ਵਿੱਚ ਆਊਟ ਪਾਸ ਤਿਆਰ ਹੁੰਦਾ। ਜੀ 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 ਠੀਕ ਹੈ ਜੀ। ਉਹਨਾਂ ਨੇ 24 ਘੰਟੇ ਦੀ ਵਜ੍ਹਾ 12 ਦਿਨ ਬਾਅਦ ਦਿੱਤਾ। ਓਹੋ, ਅੱਛਾ। ਉਹਦੇ ਕਰਕੇ ਮੈਨੂੰ ਹੋਰ ਜ਼ਿਆਦਾ ਦਿੱਕਤ ਆਈ। ਤੁਹਾਨੂੰ ਉਹਨੇ ਦਿਨ ਜ਼ਿਆਦਾ ਜੇਲ੍ਹ 'ਚ ਰਹਿਣਾ ਪਿਆ? ਹਾਂਜੀ। ਅਤੇ ਉਹਨਾਂ ਨੂੰ ਮੈਂ ਕਿਹਾ ਵੀ ਮੇਰੀ ਘਰੇ ਥੋੜ੍ਹੀ ਜਿਹੀ ਗੱਲ ਕਰਾ ਦਿਓ, ਜਾਂ ਮੈਂ ਮੇਰੇ ਫਰੈਂਡ ਹੈਗਾ ਜੋਰਡਨ ਦੇ ਵਿੱਚ, ਮੈਂ ਉਹਨਾਂ ਨੂੰ ਕਹੂੰਗਾ ਤਾਂ ਮੇਰੀ ਹੈਲਪ ਕਰੂਗੇ। ਉਹਨਾਂ ਨੇ ਮੈਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੱਤੀ। ਬਹੁਤ ਦਿਨ ਬਾਅਦ ਜਾ ਕੇ ਥੋੜ੍ਹੀ ਜਿਹੀ 10 ਮਿੰਟ ਲਈ ਗੱਲ ਕੀਤੀ, ਉਹ ਵੀ ਸਿਰਫ ਘਰੇ ਕੀਤੀ। ਜੀ 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 ਮੈਂ ਘਰਦਿਆਂ ਨੂੰ ਫੋਨ ਕਿਹਾ ਕਿ ਚਲੋ ਤੁਸੀਂ ਟੈਨਸ਼ਨ ਨਹੀਂ ਕਰੋ, ਲਓ ਮੈਂ ਕੋਲ ਟਿਕਟ ਦੇ ਪੈਸੇ ਹੈਗੇ ਆ, ਮੈਂ ਆਪਣੀ ਟਿਕਟ ਕਰਾ ਕੇ ਆ ਜਾਊਂਗਾ। ਉਸ ਤੋਂ ਬਾਅਦ ਸਰ ਜੀ 12 ਦਿਨ ਬਾਅਦ ਆਊਟ ਪਾਸ ਆਇਆ। ਉਸ ਤੋਂ ਅਗਲੇ ਦਿਨ ਮੈਂ ਉਹਨਾਂ ਨੂੰ ਟਿਕਟ ਦੇ ਪੈਸੇ ਦਿੱਤੇ ਅਤੇ ਉਹਨਾਂ ਨੇ ਮੈਨੂੰ ਭੇਜ ਤਾ ਕਰੇ। ਅਤੇ ਇਸ ਕਰਕੇ ਸਰ ਯਾਨੀ ਕੁੱਲ ਮਿਲਾ ਕੇ ਸਭ ਤੋਂ ਪਹਿਲਾਂ ਏਜੰਟ ਦਾ ਧੋਖਾ, ਫਿਰ ਉਦੋਂ ਬਾਅਦ ਅੰਬੈਸੀ ਨੇ ਵੀ ਇੰਨਾ ਸਪੋਰਟ ਨਹੀਂ ਕੀਤਾ, ਹਾਂਜੀ, ਫਿਰ ਬਿਨਾਂ ਵਜ੍ਹਾ ਤੇ ਜੇਲ੍ਹ ਦੇ ਵਿੱਚ ਵੀ ਇੰਨੇ ਦਿਨ ਕੱਟਣੇ ਪਏ, ਹਾਂਜੀ, ਤੇ ਕੁੱਲ ਮਿਲਾ ਕੇ 5 ਸਾਲ ਬਹੁਤ ਜ਼ਿਆਦਾ ਤੁਸੀਂ ਔਖੇ ਹੋਏ ਉੱਥੇ। ਹਾਂਜੀ ਹਾਂਜੀ। ਤੇ ਜਿੰਨੇ ਵੀ ਨੌਜਵਾਨ ਵਿਦੇਸ਼ ਜਾ ਕੇ ਉੱਥੇ ਵਸਣ ਦਾ ਜਾਂ ਰਹਿਣ ਦਾ ਜਾਂ ਕੰਮ ਕਰਨ ਦਾ ਸੁਪਨਾ ਲੈਂਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਰ ਜੀ ਉੱਥੇ ਕਰਦੀਬਨ ਜਿੰਨੇ ਵੀ ਹੈਗੇ, 200-300 ਮੁੰਡਾ ਸੀ ਮੇਰੇ ਨਾਲ, ਸਾਰੇ ਉੱਥੇ ਇਹੀ ਚਾਹੁੰਦੇ ਸੀਗੇ ਵੀ ਸਾਡਾ ਜੋ ਵੀ ਖਰਚਾ ਆਉਂਦਾ ਸੀ ਖਰਚਾ ਦੇਣ ਨੂੰ ਵੀ ਤਿਆਰ ਆ। ਲੇਕਿਨ ਉਹਦੇ ਲਈ ਸਰਕਾਰ ਮਦਦ ਕਰਦੀ ਸੀਗੀ, ਲੇਕਿਨ ਕੰਪਨੀ ਕੋਈ ਹੱਲ ਨਹੀਂ ਸੀ ਕੱਢਦੀ ਹੈਗੀ। ਨਾ ਪਾਸਪੋਰਟ ਦਿੰਦੀ ਸੀਗੀ, ਨਾ ਘਰੇ ਭੇਜਣ ਦਾ ਨਾਮ ਲੈਂਦੀ ਸੀਗੀ, ਨਾ ਪੈਸੇ ਦਿੰਦੀ, ਕੁਛ ਵੀ ਨਹੀਂ, ਕੋਈ ਵੀ ਗੱਲ ਨਹੀਂ ਸੁਣਦੀ ਸੀ। ਅੰਬੈਸੀ ਜਾਓ, ਅੰਬੈਸੀ ਵਾਲੇ ਕਹਿੰਦੇ ਕੰਪਨੀ ਨਾਲ ਗੱਲ ਕਰੋ, ਜੇ ਅੰਬੈਸੀ ਜਾਈਏ ਤਾਂ ਕਹਿੰਦੇ ਏਜੰਟ ਨਾਲ ਵੀ ਗੱਲ ਕਰੋ ਜਾਂ ਕੰਪਨੀ ਨਾਲ ਗੱਲ ਕਰੋ। ਸੋ ਜਿੰਨੇ ਵੀ ਨੌਜਵਾਨ ਉੱਥੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਸਰ ਜੀ ਇਹੀ ਕਹਿਣਾ ਚਾਹੁੰਦਾ ਵੀ ਜੋ ਵੀ ਆਪਣਾ ਤੁਸੀਂ ਵੀਜ਼ਾ ਅਪਲਾਈ ਕਰੋ, ਉਸ ਵੀਜ਼ੇ ਦੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਓ, ਫਿਰ ਜਾਓ। ਜੀ, ਹੋਰ ਬਹੁਤ ਸਾਰੇ ਜਿਹੜੇ ਹਿੰਦੁਸਤਾਨੀ ਮੁੰਡੇ ਉੱਥੇ 150-200 ਜਿੱਦਾਂ ਤੁਸੀਂ ਦੱਸਿਆ ਜੇਲ੍ਹਾਂ 'ਚ ਸੀਗੇ, ਸੋ ਉਹਨਾਂ ਦੇ ਵਿੱਚ ਕਿਸੇ ਦੇ ਨਾਲ ਕੋਈ ਬਹੁਤ ਤਸ਼ੱਦਤ ਜਾਂ ਕਿਸੇ ਨੂੰ ਬਹੁਤ ਔਖੀ ਲਾਈਫ, ਕਿਸੇ ਨੂੰ ਤੁਹਾਨੂੰ ਦੇਖ ਕੇ ਜਿੱਥੇ ਰੋਣਾ ਆ ਗਿਆ ਹੋਵੇ, ਕੁਛ ਇੱਦਾਂ ਦਾ ਸੀਨ? ਸਰ ਜੀ ਉਹਦੇ ਵਿੱਚ 2 ਮੁੰਡੇ ਸੀਗੇ, ਮਤਲਬ ਕੁਛ ਤਾਂ ਜੇਲ੍ਹ ਕੱਟ ਹੀ ਰਹੇ ਸੀ, 2 ਮੁੰਡੇ ਇੱਦਾਂ ਦੇ ਸੀਗੇ, ਉਹਨਾਂ ਦੇ ਕੋਲੇ ਰੋਟੀ ਖਾਣ ਦੇ ਵੀ ਪੈਸੇ ਨਹੀਂ ਸੀਗੇ। ਅੱਛਾ। ਜਾਨੀ ਕਿ ਇੰਨੀ ਕੁ ਤਬੀਅਤ ਖਰਾਬ ਸੀ ਉਹਨਾਂ ਨੇ ਮਿੰਤਰਲਾ ਵੀ ਕੀਤਾ ਵੀ
ਸਾਡੀ ਗੱਲ ਕਰਾ ਦਿਓ ਅਸੀਂ ਪੈਸੇ ਮੰਗਾ ਲਿਓ, ਉਹਨਾਂ ਨੇ ਗੱਲ ਕਰਨ ਤੱਕ ਵੀ ਦਿੱਤੇ ਨਹੀਂ ਉਹਨਾਂ ਨੇ। ਕਿੰਨੀ ਦੇਰ ਤੋਂ ਸੀਗੇ ਉਹ ਦੋ ਮੁੰਡੇ ਉੱਥੇ? ਉਹ ਸਰ ਜੀ ਤਕਰੀਬਨ ਮੁਣ ਕੇ 3-4 ਮਹੀਨੇ ਤੋਂ ਹੈਗੇ। ਅੱਛਾ, ਹਾਂਜੀ। ਅਤੇ ਨਾ ਸਰ ਜੀ ਉਹਨਾਂ ਨੂੰ ਲੈਂਗੁਏਜ ਵੀ ਨਹੀਂ ਆਉਂਦੀ ਵੀ ਕਿਸੇ ਨੂੰ ਕੁਛ ਕਹਿ ਸਕੀਏ, ਇੱਕ ਦੂਜੇ ਦੇ ਫਰੈਂਡ ਨੂੰ ਕਹਿ ਕੇ ਫਿਰ ਗੱਲ ਕਰਦੇ ਸੀ। ਜਿਵੇਂ ਮੈਨੂੰ ਕਹਿਤਾ ਵੀ ਥੋੜ੍ਹੀ ਪੁਲਿਸ ਵਾਲੇ ਨਾਲ ਗੱਲ ਕਰੀ ਉਹਦੀ ਲੈਂਗੁਏਜ 'ਚ, ਫਿਰ ਮੈਂ ਗੱਲ ਕਰਦਾ ਸੀਗਾ ਸਰ ਜੀ। ਹੁਣ ਤਕਰੀਬਨ ਉਹਦੇ ਵਿੱਚੋਂ 100-200 ਮੁੰਡੇ ਦੇ ਵਿੱਚੋਂ ਕਿਸੇ ਨੂੰ 3-4 ਜਣੇ ਨੂੰ ਆਉਂਦੀ ਹੈ। ਤਕਰੀਬਨ ਸਾਰਿਆਂ ਨੂੰ ਆਪਣੀ ਇੰਡੀਆ ਦੀ ਭਾਸ਼ਾ ਹੀ ਪਤਾ ਸਰ ਜੀ, ਉੱਧਰ ਦੀ ਲੈਂਗੁਏਜ ਅਰਬੀ ਚੱਲਦੀ ਸਰ। ਹਾਂਜੀ। ਸੋ ਦੋਸਤੋ, ਤੁਸੀਂ ਦੇਖਿਆ ਕਿ ਕਿੰਨਾ ਮੁਸ਼ਕਲ ਹੈ ਵਿਦੇਸ਼ ਦੇ ਵਿੱਚ ਜਾਣਾ, ਖਾਸ ਤੌਰ 'ਤੇ ਜਦੋਂ ਏਜੰਟ ਤੁਹਾਨੂੰ ਕੰਮ ਕੋਈ ਹੋਰ ਦੱਸਦਾ ਅਤੇ ਦੇ ਕੋਈ ਹੋਰ ਕੰਮ ਦਿੰਦਾ, ਔਖਾ ਕੰਮ ਜਿਹਦੇ ਵਿੱਚ ਬਹੁਤ ਮੁਸ਼ਕਲ ਹੁੰਦਾ। ਅਤੇ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਬਿਮਾਰ ਵੀ ਸੀ ਇਹਦੇ ਦੌਰਾਨ, ਅਤੇ ਕੰਪਨੀ ਨੇ ਕੋਈ ਤੁਹਾਡਾ ਇਲਾਜ ਇਲੂਜ ਕਰਵਾਇਆ ਜਾਂ ਕੋਲੋਂ ਹੀ ਕਰਨਾ ਪਿਆ? ਸਰ ਜੀ ਮੈਂ ਤਕਰੀਬਨ ਕੋਲੋਂ ਇਲਾਜ ਕੀਤਾ ਸੀਗਾ, ਕੰਪਨੀ ਨਹੀਂ ਇਲਾਜ ਕਰਾਉਂਦੀ ਸੀ। ਜਿੱਦਾਂ ਮੰਨ ਲਓ ਤੁਸੀਂ, ਆਪਾਂ ਤਕਰੀਬਨ ਅੱਜ ਪ੍ਰੋਬਲਮ ਆਈ ਉਹਨਾਂ ਨੂੰ ਜਾ ਕੇ ਕਹੀਏ ਤਾਂ ਉਹ ਕਹਿੰਦੇ ਕਿ ਠੀਕ ਹੈ ਤੁਹਾਨੂੰ ਲੈ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਕਹੀਏ ਕਹਿੰਦੇ ਕੱਲ੍ਹ ਲੈ ਜਾਵਾਂਗੇ। ਜ਼ਿਆਦਾ ਪ੍ਰੋਬਲਮ ਹਾਰਡ ਆਉਣ ਕਰਕੇ ਫਿਰ ਮੈਂ ਮੈਡੀਕਲ ਜੋ ਵੀ ਸੀਗਾ ਮੈਂ ਬਾਹਰੋਂ ਕਰਾਇਆ। ਕੰਪਨੀ ਨੂੰ ਮੈਂ ਬਿੱਲ ਵੀ ਦਿਖਾਇਆ ਕਿ ਮੇਰੇ ਇੰਨੇ ਦੀ ਦਵਾਈ ਆਈ ਹੈ, ਤੁਸੀਂ ਮੇਰੇ ਪੇਮੈਂਟ ਦੇ ਦਿਓ, ਅਤੇ ਉਹਨਾਂ ਨੇ ਮੇਰੀ ਪਰਚੀ ਪਾੜ ਕੇ ਸੁੱਟਤੀ, ਕਹਿੰਦਾ ਵੀ ਨਹੀਂ ਵੀ ਅਸੀਂ ਜੋ ਵੀ ਦਵਾਈ ਦੀ ਲਵਾਂਗੇ ਅਸੀਂ ਆਪਣੇ ਪੈਸਾ ਅਤੇ ਅਸੀਂ ਆਪਣੇ ਡਾਕਟਰ ਤੋਂ ਹੀ ਲਵਾਵਾਂਗੇ। ਹੋਰ ਵੀ ਕੋਈ ਬਹੁਤ ਸੀਰੀਅਸ ਉੱਥੇ ਪੇਸ਼ੈਂਟ ਸੀਗੇ ਤੁਹਾਨੂੰ ਦੇਖੇ? ਹਾਂਜੀ ਸਰ, ਉੱਥੇ ਨਾਲ ਸੀਗੇ ਕਾਫੀ ਮੁੰਡੇ ਸੀਗੇ ਸਰ, ਅਤੇ ਇੱਕ ਮੁੰਡਾ ਸਰ ਮੇਰੇ ਨਾਲ ਆਇਆ ਸੀਗਾ, ਉਹਦੇ ਹੱਥ 'ਤੇ ਚੋਟ ਲੱਗੀ, ਉਹਨਾਂ ਨੇ ਇਲਾਜ ਸਹੀ ਤਰੀਕੇ ਨਾਲ ਕਰਾਇਆ ਨਹੀਂ, ਲੇਕਿਨ ਉਹ ਤਕਰੀਬਨ ਆਪਣਾ ਸਾਲ ਪੂਰਾ ਕਰਕੇ ਘਰੇ ਚਲ ਗਿਆ ਸੀਗਾ ਸਰ। ਸੋ ਦੋਸਤੋ, ਇਹੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਵਿਦੇਸ਼ ਦੇ ਲਈ ਵੀਜ਼ਾ ਲਵਾਉਂਦੇ ਹੋ ਤਾਂ ਜਾਂਚ ਕਰ ਲਓ ਕਿ ਏਜੰਟ ਤੁਹਾਨੂੰ ਤੁਹਾਡੇ ਦੱਸੇ ਹੋਏ ਕੰਮ 'ਤੇ ਹੀ ਲੈ ਕੇ ਜਾ ਰਿਹਾ ਜਾਂ ਫਰਜ਼ੀ ਤਾਂ ਨਹੀਂ ਲੈ ਕੇ ਜਾ ਰਿਹਾ ਜਾਂ ਤੁਹਾਡੇ ਤੋਂ ਪੈਸੇ ਤਾਂ ਨਹੀਂ ਐਂਠਣ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਿ ਤੁਹਾਨੂੰ ਵੀ ਜਿਹੜਾ ਹੈ ਸੋਨੂੰ ਵਾਂਗ ਦਿੱਕਤਾਂ ਦਾ ਫੇਸ ਨਾ ਕਰਨਾ ਪਵੇ। ਜਿੱਦਾਂ 5 ਸਾਲ ਸੋਨੂੰ ਨੇ ਉੱਥੇ ਲਾਏ, ਲੇਕਿਨ ਹੁਣ 5 ਸਾਲ ਬਾਅਦ ਇੰਡੀਆ ਪਹੁੰਚਿਆ ਅਤੇ ਉੱਥੇ ਦੀ ਉੱਥੇ ਹੀ ਹੈ ਸਾਰੀ ਫਾਈਨੈਂਸ਼ੀਅਲ ਸਟੇਟਮੈਂਟ। ਸੋ ਬਹੁਤ ਧਿਆਨ ਰੱਖੋ ਤਾਂ ਕਿ ਤੁਹਾਡੇ ਨਾਲ ਕੋਈ ਵੀ ਧੋਖਾਗੜੀ ਸੋਨੂੰ ਦੀ ਤਰ੍ਹਾਂ ਨਾ ਹੋ ਸਕੇ। ਤਾਂ ਦੋਸਤੋ, ਤੁਸੀਂ ਇਸ ਕਹਾਣੀ ਨੂੰ, ਸੋਨੂੰ ਦੀ ਇਸ ਕਹਾਣੀ ਨੂੰ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੇ ਵੀ ਵਿਦੇਸ਼ ਜਾਣਾ ਚਾਹੁੰਦੇ ਆ ਉਹਨਾਂ ਨੂੰ ਉੱਥੋਂ ਦੀ ਸੱਚਾਈ ਦੇ ਬਾਰੇ ਪਤਾ ਲੱਗ ਸਕੇ ਕਿ ਵਿਦੇਸ਼ਾਂ ਦੇ ਵਿੱਚ ਏਜੰਟ ਕਿੱਦਾਂ ਲੈ ਕੇ ਜਾਂਦੇ ਨੇ ਅਤੇ ਕਿੱਦਾਂ ਤੁਹਾਡੇ ਨਾਲ ਬਿਹੇਵ ਕਰਦੇ ਨੇ। ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਨਮਸਕਾਰ। रूखी त्वचा यानी अनहेल्दी त्वचा, दीजिए अपनी स्किन को हाइड्रेशन का पोषण विद रोजा बॉडी लोशंस, सॉफ्ट मखमली एहसास रोजा लाइपास। रोजा।